ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਸਾਹਮਣੇ ਵੇਖਦੇ ਨੇ, ਅੱਖਾਂ ਵਿੱਚ ਅੱਖਾਂ ਪਾ ਕੇ ਅਜੀਤ ਸਿੰਘ ਜ਼ਮੀਨ ਉੱਤੇ ਡਿੱਗਦੇ ਨੇ ਤੇ ਬਾਪੂ ਕਲਗੀਆਂ ਵਾਲੇ ਜਕਾਰਾ ਛੱਡਦੇ ਨੇ। ਬੋਲੇ ਸੋ ਨਿਹਾਲ। ਉਸੇ ਟਾਈਮ ਸਿੱਖ ਆਉਂਦੇ ਨੇ, ਕਹਿੰਦੇ ਨੇ ਸੱਚਿਆ ਪਾਤਸ਼ਾਹ ਹੁਣ ਸਾਨੂੰ ਜਾਣ ਦਿਓ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਹੀਂ, ਅਜੇ ਤੁਹਾਡਾ ਟਾਈਮ ਨਹੀਂ ਆਇਆ। ਬਾਪੂ ਜੀ ਆਪਣੇ ਪੁੱਤਰ ਵੱਲ ਵੇਖਦੇ ਨੇ, ਮੂੰਹ ਤੋਂ ਕਹਿੰਦੇ ਨਹੀਂ। ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆਉਂਦੇ ਨੇ, ਸਤਿਗੁਰੂ ਤਲਵਾਰ ਦਿੰਦੇ ਨੇ, ਨੇਜਾ ਦਿੰਦੇ ਨੇ, ਪੱਥੇ 'ਚ ਤੀਰ ਕਮਾਣ ਦਿੰਦੇ ਨੇ, ਤੀਰ ਪਾ ਕੇ ਪੱਥਾ ਭਰ ਕੇ ਦਿੰਦੇ ਨੇ, ਕਮਾਣ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਛੋਟਾ ਲਾਡਲਾ ਤੁਰਨ ਲੱਗਦਾ ਤੇ ਉਹਨਾਂ ਦੇ ਸਿੱਖ ਕਹਿੰਦੇ ਨੇ ਕਲਗੀਆਂ ਵਾਲਿਆ ਇਹੀ ਰਹਿ ਗਿਆ, ਇਹਨੂੰ ਮਤ ਜਾਣ ਦਿਓ। ਸਾਡੇ ਵਰਗੇ ਬਹੁਤ ਆਏ ਬਹੁਤ ਗਏ, ਪਰ ਅਸੀਂ ਨਹੀਂ ਚਾਹੁੰਦੇ ਤੇਰੇ ਸਾਹਿਬਜ਼ਾਦੇ ਸ਼ਹੀਦ ਹੋਣ। ਜੇ ਇੱਕ ਬੱਚਿਆ ਸੱਚਿਆ ਪਾਤਸ਼ਾਹ ਇਹ ਵੀ ਜਾਣ ਦਿਓ, ਕਿਉਂਕਿ ਦੂਜਿਆਂ ਦਾ ਪਤਾ ਨਹੀਂ ਛੋਟੇ ਸਾਹਿਬਜ਼ਾਦਿਆਂ ਦਾ ਕੀ ਭਾਣਾ ਵਾਪਰਨਾ ਉਹਨਾਂ ਦੇ ਨਾਲ ਜਾਂ ਵਾਪਰ ਚੁੱਕਾ, ਪਰ ਜੋ ਹੈ ਉਹਨੂੰ ਬਚਾ ਲਓ। ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸਾ ਨਹੀਂ ਹੋ ਸਕਦਾ। ਇੱਥੇ ਮੈਂ ਸੋਹਣ ਸਿੰਘ ਸ਼ੀਤਲ ਹੋਣਾ ਦੀ ਇਹ ਗੱਲ ਕਹਿ ਕੇ ਅਗਾਂਹ ਤੁਰਾਂ। ਬਹੁਤ ਵਾਰ ਤੁਹਾਨੂੰ ਉਹਨਾਂ ਦਾ ਇੱਕ ਸ਼ੇਰ ਸੁਣਾਇਆ, ਜਿਹਦੇ ਵਿੱਚ ਉਹਨਾਂ ਨੇ ਆਖਿਆ, ਕਹਿੰਦੇ ਨੇ ਕਿ ਜਿਸ ਟਾਈਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਸਾਹਿਬਜ਼ਾਦਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਟੋਟੇ ਟੋਟੇ ਹੋ ਕੇ ਡਿੱਗ ਪਏ, ਉਹਦੇ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਆ ਗਏ। ਸੋਹਣ ਸਿੰਘ ਸ਼ੀਤਲ ਜੀ ਕਹਿੰਦੇ ਨੇ ਗੱਲ ਲਿਖਣ ਵਾਲੀ ਹੈ, ਦੁਨੀਆਂ ਨੂੰ ਸੁਣਾਉਣ ਵਾਲੀ ਹੈ, ਦੁਨੀਆਂ ਦੇ ਦਿਲ ਤੇ ਦਿਮਾਗ ਵਿੱਚ ਬਿਠਾਉਣ ਵਾਲੀ ਹੈ ਕਿ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਹੱਥੀਂ ਤਿਆਰ ਕਰਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਤੋਰਿਆ। ਕਹਿੰਦੇ ਜਦੋਂ ਮੈਦਾਨੇ ਜੰਗ ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗਏ ਤੇ ਹਜ਼ਾਰਾਂ ਦੇ ਆਹੂ ਲਾਏ, ਆਖਰਕਾਰ ਉਹਨਾਂ ਦੀ ਤਲਵਾਰ ਟੁੱਟ ਗਈ, ਨੇਜਾ ਫੜ ਲਿਆ। ਐਸਾ ਇੱਕ ਸ਼ਖਸ ਦੇ ਸੀਨੇ 'ਚ ਨੇਜਾ ਮਾਰਿਆ, ਨੇਜਾ ਵਿੱਚ ਹੀ ਰਹਿ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਖਰਕਾਰ ਜ਼ਮੀਨ 'ਤੇ ਸਨ, ਘੋੜਾ ਜ਼ਖਮੀ ਹੋ ਗਿਆ ਸੀ, ਇੱਧਰੋਂ ਤਲਵਾਰ, ਇੱਧਰੋਂ ਨੇਜਾ, ਇੱਧਰੋਂ ਤੀਰ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵਿੰਨ ਸੁੱਟਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਬਾਪੂ ਕਲਗੀਆਂ ਵਾਲੇ ਦੇ ਵੱਲ ਵੇਖ ਕੇ ਕਹਿੰਦੇ ਨੇ ਜ਼ਮੀਨ ਦੇ ਉੱਤੇ ਡਿੱਗ ਪਏ। ਜਦੋਂ ਡਿੱਗੇ ਨੇ, ਬਾਪੂ ਕਲਗੀਆਂ ਵਾਲੇ ਨੇ ਖੁਦ ਇੱਕ ਜਕਾਰਾ ਛੱਡਿਆ, ਬੋਲੇ ਸੋ ਨਿਹਾਲ। ਜਿਹੜੇ ਬਾਕੀ ਸਿੱਖ ਸਨ ਉਹਨਾਂ ਦੇ ਨਾਲ, ਉਹਨਾਂ ਦੀਆਂ ਅੱਖਾਂ 'ਚ ਪਾਣੀ ਸੀ। ਥੋੜ੍ਹੇ ਚਿਰ ਪਹਿਲਾਂ ਦੋਨੋਂ ਸਾਹਿਬਜ਼ਾਦੇ ਹੱਸੂ ਹੱਸੂ ਕਰਦੇ ਸਨ, ਪਰ ਥੋੜ੍ਹੇ ਟਾਈਮ ਬਾਅਦ ਉਹਨਾਂ ਦਾ ਖੂਨ ਅੱਜ ਚਮਕੌਰ ਦੇ ਮੈਦਾਨ ਵਿੱਚ ਡੁੱਲਿਆ ਹੋਇਆ ਸੀ ਤੇ ਟੁੱਟੇ ਹੋਏ ਸੀ ਉਹਨਾਂ ਦੇ ਸਰੀਰ ਦੇ। ਕਹਿੰਦੇ ਬਾਪੂ ਕਲਗੀਆਂ ਵਾਲੇ ਨਾ ਘੋੜੇ 'ਤੇ ਚੜ੍ਹ ਗਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਮੈਂ ਜਾਵਾਂਗਾ। ਉਹਨਾਂ ਦੇ ਸਿੱਖ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਆ ਕੇ ਕਹਿੰਦੇ ਨੇ ਨਹੀਂ, ਸਾਡੇ ਵਰਗੇ ਬਹੁਤ ਨੇ, ਬਹੁਤ ਆ ਜਾਣਗੇ, ਬਹੁਤ ਜੰਮ ਪੈਣਗੇ, ਪਰ ਕਲਗੀਆਂ ਵਾਲਿਆ ਤੇਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਭਾਵੇਂ ਨੂੰ ਹੁਕਮ ਸਮਝੋ, ਬੇਨਤੀ ਸਮਝੋ, ਲੇਕਿਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਨਾ ਲਿਆ। ਬਾਪੂ ਕਹਿੰਦੇ ਮੈਂ ਜਾਣਾ ਇੱਦਾਂ ਨਹੀਂ, ਡਰ ਕੇ ਇੱਕ ਪਲੈਨਿੰਗ ਕੀਤੀ ਗਈ, ਰਾਤ ਨੂੰ ਚੱਲਾਂਗੇ, ਮੈਦਾਨੇ ਜੰਗ ਦੇ ਵਿੱਚੋਂ ਦੀ ਹੋ ਕੇ ਜਾਵਾਂਗੇ, ਨਗਾਰੇ 'ਤੇ ਚੋਟ ਲਾ ਕੇ ਜਾਵਾਂਗੇ। ਪਲੈਨਿੰਗ ਕੀ ਹੋਈ, ਤਿੰਨੋ ਤਰਫ 'ਤੇ ਜਿਹੜੇ ਸਿੱਖ ਨਾਲ ਤੁਰੇ ਸਤਿਗੁਰੂ ਜੀ ਦੇ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਨਾਲ ਚੱਲਣ ਵਾਲੇ ਜਿਹੜੇ ਸਿੱਖ ਸਨ ਸਤਿਗੁਰੂ ਜੀ ਦੇ,
ਇਤਿਹਾਸਕਾਰ ਕਹਿੰਦੇ ਨੇ ਤਿੰਨੇ ਤਰਫ ਸਿੱਖਾਂ ਨੂੰ ਖੜਾ ਕਰਕੇ ਸਤਿਗੁਰੂ ਜੀ ਨੇ ਨਾ ਤਾੜੀ ਮਾਰੀ, ਨਗਾਰੇ ਤੇ ਚੋਟ ਲੱਗੀ, ਤਾੜੀ ਮਾਰੀ। ਸ਼ਬਦ ਕੀ ਵਰਤੇ ਕਿ ਹਿੰਦ ਦਾ ਪੀਰ ਜਾ ਰਿਹਾ, ਜਿਹਦੀ ਹਿੰਮਤ ਹੈ ਆ ਕੇ ਫੜ ਲਓ, ਪਕੜ ਲਓ। ਇੱਥੇ ਜੇ ਮੈਂ ਨਾ ਭੁੱਲਦਾ ਹਾਂ, ਸ਼ਾਇਦ ਇੱਕ ਗੁਰਮੁਖ ਸਿੰਘ ਨਾਮ ਦਾ ਵਿਦਵਾਨ ਹੈ, ਇਤਿਹਾਸਕਾਰ, ਜਿਹਨੇ ਇੱਕ ਸ਼ਬਦ ਲਿਖਿਆ ਬੜਾ ਸੋਹਣਾ ਕਾਵਿ ਰੂਪ ਦੇ ਵਿੱਚ, ਉਹ ਮੈਂ ਤੁਹਾਨੂੰ ਸੁਣਾਇਆ ਵੀ ਹਾਂ ਬਹੁਤ ਵਾਰੀ, ਪਰ ਅੱਜ ਟਾਈਮ ਹੈ ਫਿਰ ਸੁਣ ਲਿਓ। ਕਹਿੰਦੇ ਜਦੋਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਜਾ ਰਹੇ ਸਨ ਮੈਦਾਨੇ ਜੰਗ ਵਿੱਚੋਂ, ਤੇ ਹਨੇਰਾ ਬਹੁਤ ਸੀ ਤੇ ਅਫੜਾ ਤਫੜੀ ਮੱਚੀ ਹੋਈ ਸੀ। ਸਤਿਗੁਰੂ ਜੀ ਦੇ ਨਾ ਪੈਰ ਨੂੰ ਇੱਕ ਠੋਕਰ ਲੱਗੀ। ਹੁਣ ਇਹ ਫੀਲ ਕਰਨ ਵਾਲੀ ਗੱਲ ਹੈ ਤੇ ਦਿਲ ਨੂੰ ਰੋਕ ਕੇ ਸੁਣਨ ਵਾਲੀ ਘਟਨਾ ਹੈ। ਸਤਿਗੁਰੂ ਜੀ ਦੇ ਪੈਰ ਨੂੰ ਜਦੋਂ ਠੋਕਰ ਵੱਜੀ ਨਾ, ਬਾਪੂ ਕਲਗੀਆਂ ਵਾਲੇ ਥੋੜਾ ਟਾਈਮ ਰੁਕੇ, ਹੇਠਾਂ ਜਦੋਂ ਉਹਨਾਂ ਨੇ ਵੇਖਿਆ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼ ਸੀ। ਹੁਣ ਸੋਚਿਓ, ਪਿਤਾ ਆਪਣੇ ਪੁੱਤਰ ਦੀ ਲਾਸ਼ ਵੇਖੇ ਤੇ ਉਹਦੀ ਰੂਹ ਨਾ ਕੰਬੇ, ਉਹਦਾ ਦਿਲ ਨਾ ਜ਼ੋਰ ਨਾਲ ਧੜਕੇ, ਉਹਦੀ ਨਬਜ਼ ਨਾ ਤੇਜ਼ ਹੋਵੇ, ਉਹਦੇ ਸਰੀਰ ਨੂੰ ਪਸੀਨਾ ਨਾ ਆਵੇ, ਉਹ ਹਾਲ ਪਾਰਿਆਂ ਨਾ ਮਚਾਵੇ, ਉਹ ਉੱਚੀ ਉੱਚੀ ਨਾ ਰੋਵੇ, ਉਹ ਆਪਣੇ ਸਿਰ ਨੂੰ ਨਾ ਪਿੱਟੇ, ਐਸਾ ਹੋ ਸਕਦਾ ਨਹੀਂ। ਇਹ ਤਾਂ ਇਬਰਾਹੀਮ ਵਰਗੇ ਵੀ ਰੋ ਪਏ ਜਿਹੜੇ ਪੈਗੰਬਰ ਖਵਾਉਂਦੇ ਸਨ। ਤਾਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜਦੋਂ ਖੁਦ ਆਪਣੇ ਉਸ ਵੱਡੇ ਪੁੱਤਰ ਨੂੰ ਵੇਖਦੇ ਨੇ ਜਿਹਨੂੰ ਲਾਲਾਂ ਲਾਡਾਂ ਨਾਲ ਪਾਲਿਆ, ਜਿਹੜਾ ਮੁੱਛ ਫੁੱਟ ਗੱਭਰੂ ਜਵਾਨ ਹੋਇਆ, ਜਿਹਦੇ ਵਿਆਹ ਦੀਆਂ ਗੱਲਾਂ ਚੱਲਦੀਆਂ ਰਹੀਆਂ, ਜਿਹਨੂੰ ਹੱਥਾਂ ਵਿੱਚ ਪਾਲਿਆ, ਵੱਡਾ ਕੀਤਾ, ਜਿਹਨੂੰ ਸੀਨੇ ਨਾਲ ਲਾਇਆ, ਜਿਹਨੂੰ ਜਿਹਦਾ ਮੱਥਾ ਚੁੰਮਦੇ ਰਹੇ, ਜਿਹਦੇ ਨਾਲ ਤੁਰਦੇ ਰਹੇ, ਹੱਥਾਂ 'ਚ ਹੱਥ ਪਾ ਕੇ ਜੱਫੀ ਦੇ ਵਿੱਚ ਲੈ ਕੇ, ਜਿਹਦੇ ਨਾਲ ਬਹਿੰਦੇ ਰਹੇ, ਉੱਠਦੇ ਰਹੇ, ਖਲੋਂਦੇ ਰਹੇ, ਹੱਸਦੇ ਰਹੇ, ਖੇਡਦੇ ਰਹੇ, ਜ਼ਿੰਦਗੀ ਇੰਨੀ ਬਤੀਤ ਕੀਤੀ। ਉਹ ਕਲਗੀਆਂ ਵਾਲੇ ਦਾ ਪੁੱਤਰ ਜ਼ਮੀਨ 'ਤੇ ਡਿੱਗਿਆ ਅਤੇ ਕਈ ਟੋਟੇ ਨੇ, ਅਤੇ ਲਹੂ ਲੁਹਾਨ ਉਹਨਾਂ ਦੀ ਲਾਸ਼ ਹੈ। ਕਹਿੰਦੇ ਬਾਪੂ ਕਲਗੀਆਂ ਵਾਲੇ ਰੁਕੇ ਜ਼ਰੂਰ, ਵੇਖਿਆ ਜ਼ਰੂਰ ਗੌਰ ਨਾਲ, ਲੇਕਿਨ ਸਤਿਗੁਰੂ ਜੀ ਨੇ ਸੱਜਾ ਪੈਰ ਚੱਕਿਆ ਅਤੇ ਟੱਪ ਗਏ। ਹੁਣ ਇੱਥੇ ਬੜੀ ਵੱਡੀ ਇੱਕ ਘਟਨਾ ਜਨਮ ਲੈਂਦੀ ਹੈ। ਸਤਿਗੁਰੂ ਜੀ ਪੈਰ ਚੁੱਕਦੇ ਨੇ, ਪੁੱਤਰ ਦੀ ਲਾਸ਼ ਨੂੰ ਟੱਪ ਜਾਂਦੇ ਨੇ। ਜਦੋਂ ਲੋਕ ਸੁਣਦੇ ਨੇ, ਹਾਂ ਹਾਂ ਕਾਰ ਮੱਚ ਜਾਂਦੀ ਹੈ, ਪਿਤਾ ਪੁੱਤਰ ਦੀ ਲਾਸ਼ ਟੱਪ ਗਿਆ। ਪਿਤਾ ਭਗੌੜਾ ਨਹੀਂ ਸੀ, ਪਿਤਾ ਡਰਾਕਲ ਨਹੀਂ ਸੀ, ਪਿਤਾ ਕਮਜ਼ੋਰ ਨਹੀਂ ਸੀ, ਪਿਤਾ ਤਾਕਤਵਰ ਸੀ, ਕਿਉਂਕਿ ਉਹ ਇੱਕ ਦਾ ਪਿਤਾ ਨਹੀਂ ਸੀ। ਝੂਠੇ ਪਿਤਾ ਦੁਨੀਆਂ 'ਚ ਬਹੁਤ ਮਿਲ ਜਾਣਗੇ, ਪਰ ਦੁਨੀਆਂ ਦਾ ਜੇਕਰ ਕੋਈ ਸਭ ਤੋਂ ਵੱਡਾ ਪਿਤਾ ਤਾਂ ਉਹ ਕਲਗੀਆਂ ਵਾਲਾ, ਜਿਹਨੇ ਕਿਹਾ ਮੇਰੇ ਚਾਰ ਨਹੀਂ, ਹਜ਼ਾਰ ਨਹੀਂ, ਲੱਖਾਂ ਨਹੀਂ, ਕਰੋੜਾਂ ਨਹੀਂ, ਗਿਣਤੀ ਤੋਂ ਬਾਹਰ ਨੇ ਜੀਤੋ, ਇਹ ਸਾਰੇ ਤੇਰੇ ਹੀ ਲਾਲ ਨੇ, ਸਾਰੀ ਦੇ ਦਿੱਤੇ। ਕਹਿੰਦੇ ਜਦੋਂ ਲਾਸ਼ ਟੱਪ ਕੇ ਅਗਾਂਹ ਗਏ ਨਾ, ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸੀ ਪਿੱਛੇ ਜਿਹੜੇ ਆ ਰਹੇ ਸੀ, ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ, ਇਹ ਤਿੰਨੇ ਸੀ ਜਿਹੜੇ ਸਤਿਗੁਰੂ ਨਾਲ ਗਏ। ਭਾਈ ਮਾਨ ਸਿੰਘ ਦੇ ਬਾਰੇ ਕਿਤੇ ਟਾਈਮ ਮਿਲਿਆ ਸੁਣਾਵਾਂਗਾ, ਬੜੇ ਦ੍ਰਿੜੀ ਸਿੱਖ ਸਨ ਇਹ, ਇਹ ਜ਼ਿੰਦਗੀ 'ਚ ਵਿੱਚ ਕਦੇ ਰੋਏ ਨਹੀਂ ਸੀ, ਭਾਈ ਵੀਰ ਸਿੰਘ ਨੇ ਲਿਖਿਆ ਇਹਨਾਂ ਬਾਰੇ। ਖੈਰ, ਕਹਿੰਦੇ ਨੇ ਜਿਸ ਟਾਈਮ ਟੱਪ ਗਏ, ਭਾਈ ਦਇਆ ਸਿੰਘ ਜੀ ਪਿੱਛੇ ਪਿੱਛੇ ਸਨ ਸਤਿਗੁਰੂ ਦੇ। ਹੁਣ ਉਹ ਕਵੀ ਇੱਥੇ ਗੱਲ ਲਿਖਦਾ, ਜਿਹੜੀ ਦਾਸਤਾਂ ਲਿਖਦਾ, ਉਹ ਕਹਿੰਦੇ ਭਾਈ ਦਇਆ ਸਿੰਘ ਜੀ ਜਦੋਂ ਆਏ, ਉਹਨਾਂ ਨੇ ਵੀ ਸਾਹਿਬਜ਼ਾਦਾ ਨਾ ਅਜੀਤ ਸਿੰਘ ਦੀ ਲਾਸ਼ ਵੇਖੀ। ਲਾਸ਼ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਹਿੰਦੇ ਨੇ ਆਪਣਾ ਕਮਰ ਕੱਸਾ ਖੁੱਲ੍ਹਣ ਲੱਗ ਪਿਆ, ਜਿਹੜਾ ਲੱਕ ਨੂੰ ਬੱਧਾ ਹੁੰਦਾ ਨਾ ਉਹਨੂੰ ਕਮਰ ਕੱਸਾ ਆਖਿਆ ਜਾਂਦਾ ਹੈ, ਕਮਰ ਨੂੰ ਕੱਸਣ ਵਾਲਾ, ਹਰ ਵਕਤ ਤਿਆਰ ਬਾਰ ਤਿਆਰ ਰਹਿਣ ਦਾ ਪ੍ਰਤੀਕ, ਉਹਨੂੰ ਕਮਰ ਕੱਸਾ ਕਹਿੰਦੇ ਨੇ। ਕਮਰ ਕੱਸਾ ਕੀਤਾ ਸੀ, ਉਹਨੂੰ ਖੋਲ੍ਹਿਆ,
ਕਹਿੰਦੇ ਨੇ ਉਹਨੂੰ ਝਾੜਿਆ ਖਿਲਾਰਿਆ ਤੇ ਲਾਸ਼ ਉੱਤੇ ਦੇਣ ਲੱਗੇ ਨੇ। ਬਾਪੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਪਿਛਾਂਹ ਮੁੜ ਕੇ ਵੇਖਿਆ, ਕਹਿੰਦੇ ਨੇ ਦਇਆ ਸਿੰਘਾਂ ਰੁਕਿਆ ਕਿਉਂ, ਜਲਦੀ ਅਗਾਂਹ ਆ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਉੱਥੇ ਗੱਲ ਕਹੀ, ਕਹਿੰਦੇ ਕਲਗੀਆਂ ਵਾਲਿਆ ਤੁਸੀਂ ਟੱਪ ਗਏ ਹੋ, ਤੁਸੀਂ ਲੰਘ ਗਏ ਹੋ, ਤੁਹਾਡਾ ਦਿਲ ਹੈ, ਮੇਰੇ ਕੋਲ ਇੰਨੀ ਸ਼ਕਤੀ ਨਹੀਂ ਹੈ, ਮੇਰਾ ਦਿਲ ਨਹੀਂ ਕਰਦਾ ਮੈਂ ਟੱਪ ਕੇ ਅਗਾਂਹ ਚਲਾ ਜਾਵਾਂ, ਮੈਂ ਲਾਸ਼ ਢੱਕ ਕੇ ਅਗਾਂਹ ਆਵਾਂਗਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼ ਢੱਕਣ ਤੋਂ ਬਗੈਰ ਮੈਂ ਅਗਾਂਹ ਨਹੀਂ ਜਾਣਾ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਜਦੋਂ ਇਹ ਗੱਲ ਕਹੀ ਤੇ ਕਲਗੀਆਂ ਵਾਲੇ ਕਹਿੰਦੇ ਨੇ ਦਇਆ ਸਿੰਘਾ ਇਕੱਲੇ ਅਜੀਤ ਸਿੰਘ ਦੀ ਨਹੀਂ ਬਾਕੀਆਂ ਦੀ ਲਾਸ਼ ਢੱਕਣ ਦਾ ਪ੍ਰਬੰਧ ਕਰਕੇ ਆਵੀਂ। ਹੁਣ ਕਵੀ ਲਿਖਦਾ ਹੈ, ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਭਾਈ ਗੁਰਸਿੱਖਾ, ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਭਾਈ ਗੁਰਸਿੱਖਾ, ਧਰਮ ਕੀ ਰਾਹ ਪੇ ਜੋ ਹੈ ਮਰਤੇ ਨਹੀਂ ਕਫਨ ਕਿਸਮਤ ਮੇ ਲਿਖਾ, ਸ਼ਹੀਦ ਕੇ ਮੂੰਹ ਪੇ ਕਫਨ ਕਾ ਪੜਦਾ ਜੇ ਸ਼ਹਾਦਤ ਕਾ ਦਸਤੂਰ ਨਹੀਂ ਹੈ, ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜੇ ਮੁਝਕੋ ਮਨਜੂਰ ਨਹੀਂ ਹੈ, ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨ੍ਹਾਂ ਨੇ ਜਾਂ ਸ਼ਹੀਦੀ ਪਾਈ, ਪੁਰਜਾ ਪੁਰਜਾ ਕੱਟ ਮਰੇ ਟੋਟੇ ਟੋਟੇ ਹੋ ਕੇ ਸ਼ਹੀਦ ਹੋਏ, ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨ੍ਹਾਂ ਨੇ ਜਾਂ ਸ਼ਹੀਦੀ ਪਾਈ, ਪੁਰਜਾ ਪੁਰਜਾ ਕੱਟ ਮਰੇ ਲੇਕਿਨ ਦੁਸ਼ਮਣ ਕੋ ਨਹੀਂ ਪਿੱਠ ਦਿਖਲਾਈ, ਫਿਰ ਏਕ ਕੇ ਸੰਗ ਪਿਆਰ ਜਤਾਨਾ ਜੇ ਕਹੀਂ ਕਾ ਇਨਸਾਫ ਨਹੀਂ ਹੈ, ਬੇਟੋ ਬੇਟੋ ਮੇ ਵੀ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ, ਪੁੱਤਰਾਂ 'ਚ ਫਰਕ ਸਮਝਾਂ ਨਹੀਂ ਐਸਾ ਨਹੀਂ ਹੋ ਸਕਦਾ, ਹੈ ਕੋਈ ਦੁਨੀਆਂ 'ਚ ਐਸਾ ਪਿਓ ਪਿਤਾ ਗੁਰੂ ਮਹਾਨ ਆਤਮਾ। ਕਹਿੰਦੇ ਜੇ ਅਜੀਤ ਸਿੰਘ ਦੀ ਲਾਸ਼ ਢੱਕਣੀ ਹੈ ਨਾ, ਬਾਕੀਆਂ ਦੀ ਲਾਸ਼ ਢੱਕਣ ਦਾ ਪ੍ਰਬੰਧ ਕਰ ਲਈ। ਕਹਿੰਦੇ ਜਦੋਂ ਇਹ ਸ਼ਬਦ ਸੁਣੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਆਪਣਾ ਕਮਰ ਕੱਸਾ ਲਿਆ, ਲੱਕ ਨੂੰ ਬੱਧਿਆ ਤੇ ਤੁਰ ਪਏ। ਕਿਵੇਂ ਬਾਕੀ ਸਫ਼ਰ ਕੀਤਾ ਬਾਪੂ ਕਲਗੀਆਂ ਵਾਲੇ ਨੇ, ਇਹ ਮੈਂ ਇੱਕ ਪਿਤਾ ਦੀ ਹੈਸੀਅਤ ਤੋਂ ਗੱਲ ਕਰਾਂਗਾ, ਇੱਕ ਪਿਤਾ ਹੋਣ ਦੇ ਨਾਤੇ। ਮੈਂ ਪਿਛਲੀ ਵੀਕ ਵੀ ਇਹ ਗੱਲ ਕਹੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਲੇ ਗੁਰੂ ਨਹੀਂ ਸੀ, ਜਿਨ੍ਹਾਂ ਨੂੰ ਅੱਜ ਆਪਾਂ ਸਰਬੰਸ ਦਾਨੀ ਕਹਿੰਦੇ ਹਾਂ, ਪੁੱਤਰਾਂ ਦਾ ਦਾਨੀ ਕਹਿੰਦੇ ਹਾਂ, ਕਲਗੀਆਂ ਵਾਲਾ ਕਹਿੰਦੇ ਹਾਂ, ਸ਼ਾਹੇ ਸ਼ਹਿਨਸ਼ਾਹ ਕਹਿੰਦੇ ਹਾਂ, ਬਾਦਸ਼ਾਹ ਕਹਿੰਦੇ ਹਾਂ, ਦਰਵੇਸ਼ ਕਹਿੰਦੇ ਹਾਂ, ਕਿੰਨੇ ਨਾਮ ਰੱਖੇ ਨੇ ਉਹਨਾਂ ਦੇ, ਕਲਗੀਆਂ ਵਾਲਾ, ਨੀਲੇ ਦਾ ਸ਼ਾਹ ਸਵਾਰ, ਪਰ ਉਹ ਇਕੱਲੇ ਗੁਰੂ ਨਹੀਂ, ਉਹ ਚਾਰ ਬੱਚਿਆਂ ਦੇ ਪਿਤਾ ਵੀ ਸੀ।